ਸਿੰਘ ਜੀ ਮੇਰਾ ਨਾਮ, ਅਸੀਂ ਨਿਊ ਜਨਤਾ ਪ੍ਰੀਤ ਨਗਰ ਆਊਟਸਾਈਡ ਗੁਰੂ ਰਾਮਦਾਸ ਨਗਰ ਰਹਿੰਦੇ ਹਾਂ। ਮੇਰੀ ਗਲੀ ਵਿੱਚ ਹੀ ਜਗਤਾਰ ਸਿੰਘ ਰਹਿੰਦਾ ਜੀ, ਪੁਲਿਸ ਮੁਲਾਜ਼ਮ ਆ ਜੀ ਉਹ, ਅਤੇ ਉਹ ਆਪਣੇ ਸਦਰ ਥਾਣੇ ਅਤੇ ਸਿਟੀ ਥਾਣੇ ਆ ਜੀ, ਉਹ ਟ੍ਰੈਫਿਕ ਪੁਲਿਸ 'ਚ ਆ, PCR ਮੋਟਰਸਾਈਕਲ ਹੁੰਦਾ ਉਹਦੇ ਕੋਲ ਜੀ। ਅਤੇ ਉਹ ਜੀ, ਉਸਦਾ ਬੇਟਾ, ਮੇਰਾ ਬੇਟਾ ਜਾ ਰਿਹਾ ਸੀਗਾ ਜੀ ਆਪਣੇ ਕੰਮ ਕਿਸੇ, ਅਤੇ ਉਸਦੇ ਬੇਟੇ ਨੇ ਆਵਾਜ਼ ਦੇ ਕੇ ਉਹਨੂੰ ਰੋਕਿਆ ਵੀ ਜੋਬਨ ਗੱਲ ਸੁਣੀ। ਉਹ ਰੁਕ ਗਿਆ, ਉਹਨੇ ਆਪਣੀ ਗੱਡੀ 'ਚੋਂ ਬੇਸਬਾਲ ਕੱਢਿਆ, ਉਹਦੇ ਉਹਨੇ ਬੇਸਬਾਲ ਮਾਰਿਆ ਮਾਰਿਆ ਮੁੰਡੇ ਆਵੇ ਦੀ ਜੱਪ ਜੱਪੀ ਹੋ ਗਿਆ। ਜਿਹੜਾ ਇਹ ਜਗਤਾਰ ਸਿੰਘ ਆ ਜੀ, ਇਹ ਵੀ ਉਸ ਟਾਈਮ ਘਰ ਸੀਗਾ, ਇਹ ਅੰਦਰੋਂ ਨਿਕਲਿਆ, ਇਹਨੇ ਆ ਕੇ ਉਹਨਾਂ ਨੂੰ ਛਡਾਉਣਾ ਕੀ ਸੀ, ਆ ਕੇ ਇਹ ਪੁੱਟਣ ਲੱਗ ਪਏ ਉਹਨੂੰ, ਜਗਤਾਰ ਸਿੰਘ ਅਤੇ ਉਸਦੀ ਪਤਨੀ ਸੁਰੇਖਾ ਰਾਣੀ ਲੜਕੇ ਨੂੰ ਕੁੱਟਣ ਲੱਗ ਪਏ ਆ। ਬਿਹਤਰ ਹੋਗਾ ਕਿ ਅਬ ਪੰਜਾਬ ਕਾ ਨਾਮ ਬਦਲ ਕਰ ਕ੍ਰਾਈਮਾਬਾਦ ਕਰ ਦਿਆ ਜਾਏ। ਕੁਛ ਸਾਲ ਪਹਿਲੇ ਤੱਕ ਦੇਸ਼ ਕਾ ਸਬਸੇ ਸਕੂਨ ਭਰਾ ਸੂਬਾ ਕਹਿਲਾਨੇ ਵਾਲਾ ਪੰਜਾਬ ਆਜ ਪੂਰੀ ਤਰ੍ਹਾਂ ਅਪਰਾਧ ਨਗਰੀ ਬਨ ਚੁਕਾ ਹੈ। ਤਾਜ਼ਾ ਖਬਰ ਪੰਜਾਬ ਕੇ ਫਿਰੋਜ਼ਪੁਰ ਸੇ ਹੈ, ਜਹਾਂ ਏਕ ਦਬੰਗ ਪੁਲਿਸ ਮੁਲਾਜ਼ਿਮ ਨੇ ਪੜੋਸੀ ਬਜ਼ੁਰਗ ਕੋ ਨਾ ਸਿਰਫ ਬੁਰੀ ਤਰ੍ਹਾਂ ਪੀਟਾ ਬਲਕਿ ਉਨਕੀ ਦਸਤਾਰ ਔਰ ਦਾੜ੍ਹੀ ਕੀ ਭੀ ਬੇਅਦਬੀ ਕੀ। ਫਿਰੋਜ਼ਪੁਰ ਕੇ ਜਨਤਾ ਪ੍ਰੀਤ ਨਗਰ ਸੇ ਏਕ ਦਬੰਗ ਪੁਲਿਸ ਮੁਲਾਜ਼ਿਮ ਨੇ ਨਾ ਸਿਰਫ ਪੜੋਸੀ ਗੁਰੂ ਸਿੱਖ ਬਜ਼ੁਰਗ ਸਮੇਤ ਪੂਰੇ ਪਰਿਵਾਰ ਪੀਟਾ ਬਲਕਿ ਕੰਕਰੋਂ ਕੀ ਬੇਅਦਬੀ ਭੀ ਕੀ। ਦੂਸਰੀ ਤਰਫ ਕੰਕਰੋਂ ਕੀ ਬੇਅਦਬੀ ਕੀ ਬਾਬਤ ਮੀਡੀਆ ਨੇ ਕਈ ਸੀਨੀਅਰ ਅਫਸਰ ਸੇ ਬਾਤ ਕਰਨੇ ਕੀ ਕੋਸ਼ਿਸ਼ ਕੀ, ਲੇਕਿਨ ਪੁਲਿਸ ਮੁਲਾਜ਼ਿਮ ਕੋ ਬਚਾਨੇ ਕੇ ਲੀਏ ਅਫਸਰਾਨ ਮੀਡੀਆ ਸੇ ਦੂਰੀ ਬਨਾਤੇ ਨਜ਼ਰ ਆਏ। ਪਹਿਲਾਂ ਤਾਂ ਜੀ ਮੇਰੀ ਉਹਨਾਂ ਨੇ ਦਸਤਾਰ ਲਾਈ ਤੇ ਫਿਰ ਮੇਰੇ ਵਾਲ ਪੱਟੇ ਵਿੱਚ ਜੂੜਾ ਪੱਟੇ, ਤੇ ਬਾਅਦ ਵਿੱਚ ਦਾੜੀ ਪੱਟੀ ਹੈ ਵਿੱਚੋਂ ਵਾਲ ਪੱਟੇ ਜਗਤਾਰ ਸਿੰਘ ਨੇ ਪੱਟੇ ਜੀ। ਮੇਰੇ ਗਾਤਰਾ ਪਾਇਆ ਹੋਇਆ ਸੀ ਛੋਟਾ, ਮੈਂ ਅੰਮ੍ਰਿਤ ਛਕਿਆ ਸੀ, ਮੇਰੀ ਉਹ ਦਸਤਾਰ ਵੀ ਇਹਨਾਂ ਦੇ ਕੋਲ ਹੀ ਆ, ਲਾਹ ਕੇ ਡੋਰੀ ਟੁੱਟ ਗਈ ਹੈ ਤੇ ਉਹ ਲੈ ਗਏ। ਇਹ ਉਹਨਾਂ ਨੇ ਜੀ ਕੋਈ ਤੇਜ ਧਾਰ ਸੀ ਉਹਦੀ ਸੱਟ ਮਾਰੀ। ਕੋਈ ਲੈਣ ਦੇਣ ਅਸੀਂ ਇੱਥੋਂ ਜਾਈ ਆਈਦਾ ਸੀ ਤੇ ਸਾਡੇ ਮਨੇ ਵੇਖਦੇ ਬਹੁਤ ਔਖਾ ਨੇ, ਸਾਡੀ ਉਹਦਾ ਵੀ ਕੋਈ ਵੀ ਨਹੀਂ ਇਹੋ ਜਿਹੀ ਸੁਣਾਈ ਕਿਤੇ ਵੀ ਹੁੰਦੀ। ਅਸੀਂ ਪਹਿਲਾਂ ਕੌਣ ਬੰਦਾ ਜਗਤਾਰ ਸਿੰਘ ਕੀ ਕਰਦਾ, ਇਹ ਪੁਲਿਸ ਮੁਲਾਜ਼ਮ ਤੇ ਇਹ ਜਦੋਂ ਅਸੀਂ ਟੱਪੀ ਦਾ ਅਸੀਂ ਨੀਵੀਂ ਪਾ ਕੇ ਟੱਪੀ ਦਾ ਇਹਨਾਂ ਤੋਂ, ਤੇ ਸਾਡਾ ਅੱਗੇ ਜਾਣਾ ਸੀ ਹੁੰਦਾ, ਤੇ ਹੁਣ ਇਹ ਜਦੋਂ ਕਿਤੇ ਮਿਲਦੇ ਨੇ ਉਦੋਂ ਹੀ ਕਹਿੰਦੇ ਨੇ ਵੀ ਤੁਹਾਡੇ ਨਾਲ ਅਸੀਂ ਕਰਾਂਗੇ। ਇਹਦਾ ਬੱਚਾ ਸਾਨੂੰ ਬਹੁਤ ਤੰਗ ਕਰਦਾ, ਬੇਟਾ ਭਿੰਦਰ ਸਿੰਘ। ਤੁਹਾਡਾ ਮੁੰਡਾ ਲੰਘ ਰਿਹਾ ਕੀ ਕਰ? ਸਾਡਾ ਮੁੰਡਾ ਉੱਥੋਂ ਲੰਘ ਰਿਹਾ ਸੀ ਆਪਦੇ ਕੰਮ, ਤੇ ਇਹਨੇ ਰਾਹ ਦੇ ਚ ਆਵਾਜ਼ ਮਾਰ ਕੇ ਤੇ ਉਹਨੂੰ ਰੋਕਿਆ, ਰੋਕ ਕੇ ਤੇ ਇਹ ਸਾਡਾ ਹੁਣ ਜਦੋਂ ਇਹਨਾਂ ਨਾਲ ਕੋਈ ਲੈਣ ਦੇਣ ਹੀ ਨੀ ਹੈਗਾ ਸੀ ਤੇ ਸਾਨੂੰ ਹੁਣ ਕਾਹਦਾ ਡਰ, ਤੇ ਪਰ ਧਮਕੀਆਂ ਹੁਣ ਵੀ ਸਾਨੂੰ ਪੂਰੀਆਂ ਦਿੰਦੇ ਪਏ। ਤੇ ਹੁਣ ਕਿਸ ਤਰ੍ਹਾਂ ਦੀ ਗੁੰਡਾਗਰਦੀ ਪੁਲਿਸ ਮੁਲਾਜ਼ਮ? ਪੁਲਿਸ ਮੁਲਾਜ਼ਮ ਕੋਈ ਸਾਡੀ ਨਹੀਂ ਸੁਣਾਈ ਕੋਈ ਵੀ ਹੋਰ ਹੈ, ਅਸੀਂ ਤਾਂ ਅੱਜ 8 ਦਿਨ ਹੋ ਗਏ ਨੇ ਘਰੋਂ ਬਾਹਰ ਬੈਠੇ। ਕੀ ਹੈ ਇਨਸਾਫ ਦੀ ਉਮੀਦ ਕਰਦੇ? ਇਨਸਾਫ ਦੀ ਉਮੀਦ ਇਹ ਵੀ ਸਾਨੂੰ ਜਿਹੜਾ ਸਾਡਾ ਹੱਕ ਹੈ ਸਾਨੂੰ ਮਿਲੇ, ਇਹ ਮੇਰੇ ਬੱਚਿਆਂ ਨੂੰ ਕੋਈ ਇਹੋ ਜਿਹੀ ਨਾ। ਪੁਲਿਸ ਤੋਂ ਤੁਸੀਂ ਇਨਸਾਫ ਲੈਣ ਜਾਂਦੇ ਹੋ, ਕੀ ਕਰ? ਕੋਈ ਕਰ ਸਾਡੀ ਕਾਰਵਾਈ ਨਹੀਂ ਹੁੰਦੀ, ਉਹ ਪੁਲਿਸ ਮੁਲਾਜ਼ਮ ਉਹਦਾ ਮੇਰਾ ਕੀ ਕਰ ਲਓ? ਕੋਈ ਕਾਰਵਾਈ ਨਹੀਂ ਹੋਈ, ਕੋਈ ਕਾਰਵਾਈ ਨਹੀਂ ਸਾਡੇ, ਕੋਈ ਕੁਛ ਵੀ ਨਹੀਂ ਹੋਇਆ। ਹੁਣ ਕੀ ਮੰਗਦੇ ਤੁਸੀਂ? ਅਸੀਂ ਮੰਗ ਮੰਗਦੇ ਹਾਂ ਵੀ ਜੇ ਸਾਡਾ ਇਹ ਇਨਸਾਫ ਸਾਨੂੰ ਮਿਲਣਾ ਚਾਹੀਦਾ, ਤੇ ਸਾਡੇ ਬੱਚੇ ਨੂੰ ਵੀ ਖਤਰਾ ਤੇ ਸਾਨੂੰ ਵੀ ਖਤਰਾ।